ਸਿੱਖ ਕੌਮ ਦੀ ਬੇਨਿਆਜ ਹਸਤੀ, ਵਿੱਦਿਆ ਦੇ ਪੁੰਜ, ਅਨਮੋਲ ਰਤਨ ਅਤੇ ਇੱਕ ਉੱਚ ਪ੍ਰਤਿਭਾ ਦੀ ਲੇਖਕਾ ਡਾਕਟਰ ਕੁਲਦੀਪ ਕੌਰ 3 ਫਰਵਰੀ ਨੂੰ 85 ਸਾਲ ਦੀ ਉਮਰ ਭੋਗ ਕੇ ਮੋਹਾਲੀ ਵਿਖੇ ਇਸ ਦੀਵੀ ਵਿਛੋੜਾ ਦੇ ਗਏ। ਉਹ ਇੱਕ ਬਹੁਪੱਖੀ, ਬਹੁਪਰਤੀ ਅਤੇ ਸਿੱਖੀ ਜੀਵਨ ਦੀ ਮਹਿਕ ਸਨ, ਜਿਨ੍ਹਾਂ ਜ਼ਿੰਦਗੀ ਦਾ ਹਰ ਪਲ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਕਾਰਜਾਂ ਹਿੱਤ ਗੁਜ਼ਾਰਿਆ। ਪੇਸ਼ ਹੈ ਉਹਨਾਂ ਦੇ ਜੀਵਨ ਸੰਬੰਧੀ ਸਾਡੀ ਇੱਕ ਖਾਸ ਰਿਪੋਰਟ। ਡਾਕਟਰ ਕੁਲਦੀਪ ਕੌਰ ਇੱਕ ਬਹੁਪੱਖੀ, ਬਹੁਪਰਤੀ ਅਤੇ ਸਿੱਖੀ ਜੀਵਨ ਦੀ ਮਹਿਕ ਸਨ, ਜਿਨ੍ਹਾਂ ਜ਼ਿੰਦਗੀ ਦਾ ਹਰ ਪਲ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਕਾਰਜਾਂ ਦੇ ਹਿੱਤ ਗੁਜ਼ਾਰਿਆ। ਉਹਨਾਂ ਆਪਣੀ ਅੰਤਿਮ ਇੱਛਾ ਜ਼ਾਹਰ ਕੀਤੀ ਕਿ ਮਰਨ ਪਸ਼ਚਾਤ ਉਹਨਾਂ ਦੀ ਦੇਹ ਦਾ ਸੰਸਕਾਰ ਨਾ ਕੀਤਾ ਜਾਵੇ, ਸਗੋਂ ਉਹਨਾਂ ਦੀ ਦੇਹ ਨੂੰ ਖੋਜ ਕਾਰਜਾਂ ਅਤੇ ਮਨੁੱਖਤਾ ਦੀ ਭਲਾਈ ਹਿੱਤ PGI ਚੰਡੀਗੜ੍ਹ ਨੂੰ ਦਾਨ ਕਰ ਦਿੱਤਾ ਜਾਵੇ। ਉਹਨਾਂ ਦੇ ਪਰਿਵਾਰ ਨੇ ਆਪਣੀ ਮਾਤਾ ਦੀ ਇੱਛਾ 'ਤੇ ਫੁੱਲ ਚੜਾਉਂਦੇ ਹੋਏ ਡਾਕਟਰ ਕੁਲਦੀਪ ਕੌਰ ਦੇ 5 ਭੂਤਕ ਸਰੀਰ ਨੂੰ PGI ਨੂੰ ਭੇਟ ਕਰਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਡਾਕਟਰ ਕੁਲਦੀਪ ਕੌਰ ਦਾ ਜਨਮ ਲੈਂਦੇ ਪੰਜਾਬ ਵਿੱਚ 4 ਮਾਰਚ 1925 ਨੂੰ ਮਾਸਟਰ ਸੁੰਦਰ ਸਿੰਘ ਜੀ ਦੇ ਘਰ ਹੋਇਆ। ਇਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਨਿਕਟ ਵਰਤੀਆਂ ਵਿੱਚੋਂ ਇੱਕ ਸਨ। ਵਿਰਸੇ ਵਿੱਚੋਂ ਮਿਲੀ ਸਿੱਖਿਆ ਦੇ ਕਾਰਨ ਉਹਨਾਂ ਦੀ ਸੁਰਤ ਸ਼ਬਦ ਗੁਰੂ ਦੇ ਨਾਲ ਸਹਿਜ ਹੀ ਜੁੜ ਗਈ। ਆਪ ਜੀ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ। ਡਾਕਟਰ ਕੁਲਦੀਪ ਕੌਰ ਜੀ ਨੇ ਭਾਈ ਵੀਰ ਸਿੰਘ ਜੀ ਦੇ ਖੋਜ ਕਾਰਜ ਕਰਕੇ ਡਾਕਟਰੇਟ PhD ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਅਧਿਆਪਨ ਦਾ ਕਾਰਜ ਵੀ ਕੀਤਾ ਤੇ ਸੰਨ 1985 ਵਿੱਚ ਪ੍ਰੋਫੈਸਰ ਦੇ ਪਦ ਤੋਂ ਸੇਵਾ ਮੁਕਤ ਹੋਏ। ਆਪ ਪੰਜਾਬੀ ਦੇ ਚੋਟੀ ਦੇ ਲੇਖਕ ਤੇ ਕਵੀ ਸਨ। ਆਪ ਸੰਤਾਂ ਦੇ ਮਿਲਣਸਾਰ ਸੂਖਮ ਬਿਰਤੀ ਵਾਲੇ, ਨਿਰਮਲ, ਨਿਰਛਲ, ਨਾਮ ਰੰਗਾਂ ਵਿੱਚ ਰੰਗੇ, ਮਿੱਠ ਬੋਲੜੇ, ਉੱਚੇ ਸੁੱਚੇ ਜੀਵਨ ਵਾਲੇ ਸਨ। ਡਾਕਟਰ ਕੁਲਦੀਪ ਕੌਰ ਜੀ ਨਮਿਤ ਭੋਗ ਅਤੇ ਅੰਤਿਮ ਅਰਦਾਸ 8 ਫਰਵਰੀ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਫੇਸ 10 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੁਪਹਿਰ 1 ਵਜੇ ਤੋਂ 2:30 ਵਜੇ ਤੱਕ ਨਿਯਤ ਕੀਤੀ ਗਈ ਹੈ। ਇਸ ਮੌਕੇ ਡਾਕਟਰ ਕੁਲਦੀਪ ਕੌਰ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਸੰਗੀ ਸਾਥੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣਗੇ। ਡਾਕਟਰ ਕੁਲਦੀਪ ਕੌਰ ਜੀ ਦੇ ਜੀਵਨ ਬਾਰੇ ਉੱਘੇ ਲੇਖਕ ਅਤੇ ਸਿੱਖ ਵਿਦਵਾਨ ਸਰਦਾਰ ਜੈਤੇਗ ਸਿੰਘ ਅਨੰਤ ਜੀ ਨੇ ਆਪਣੇ ਵਿਚਾਰ ਰੱਖੇ। ਵਿੱਦਿਆ ਦੀ ਪਹੁੰਚ, ਅਨਮੋਲ ਰਤਨ, ਡਾਕਟਰ ਕੁਲਦੀਪ ਕੌਰ ਜੀ ਸਾਡੀ ਸਿੱਖ ਕੌਮ ਦੀ ਬੇਨਿਆਜ ਹਸਤੀ, 3 ਮਾਰਚ 2020 ਨੂੰ ਅਕਾਲ ਪੁਰਖ ਦੇ ਸੱਦੇ 'ਤੇ ਵਿਛੋੜਾ ਦੇ ਗਏ ਹਨ। ਡਾਕਟਰ ਕੁਲਦੀਪ ਕੌਰ ਜੀ 85 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਛੱਡਿਆ। ਉਹ ਇੱਕ ਸਿੱਖੀ ਦੀ ਨਾਇਕ, ਬਹੁਪੱਖੀ, ਬਹੁਪਰਤੀ, ਬਹੁਰੰਗੀ ਅਤੇ ਸਿੱਖੀ ਜੀਵਨ ਦੀ ਉਹਨਾਂ ਦੀ ਮਹਿਕ ਲਈ ਜਾ ਸਕਦੀ ਸੀ। ਉਹਨਾਂ ਦਾ ਸਾਰੀ ਜ਼ਿੰਦਗੀ ਸਮਾਜ ਦੀ ਸੇਵਾ ਔਰ ਪਰਉਪਕਾਰ 'ਤੇ ਹੀ ਬੀਤੀ ਔਰ ਉਹਨਾਂ ਨੇ ਅੰਤਿਮ ਸਮੇਂ ਵੀ ਸਮਾਜ ਦੇ ਵਿੱਚ ਸਮਾਜ ਸੇਵਾ ਦਾ ਮੁੱਖ ਉਦੇਸ਼ ਰੱਖਿਆ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਮੇਰੇ 5 ਪੁੱਤਕ ਸਰੀਰ ਨੂੰ, ਮੇਰੀ ਦੇਹ ਨੂੰ ਸੰਸਕਾਰ ਨਾ ਕੀਤਾ ਜਾਏ ਔਰ ਇਹਨੂੰ ਖੋਜ ਦੇ ਲਈ ਅਤੇ ਹੋਰ ਲੋੜ ਮੈਡੀਕਲ ਸਹੂਲਤਾਂ ਦੇ ਲਈ PGI ਨੂੰ ਡੋਨੇਟ ਕਰ ਦਿੱਤਾ ਜਾਵੇ। ਔਰ ਜਿਹੜਾ ਉਹਨਾਂ ਦੇ ਪਰਿਵਾਰ ਨੇ ਉਹਨੂੰ ਆਪਣੀ ਮਾਤਾ ਦੇ ਜਿਹੜੀ ਅੰਤਿਮ ਇੱਛਾ ਸੀ ਨੂੰ ਸਵੀਕਾਰ ਕਰਦੇ ਹੋਏ, ਉਹਨਾਂ ਦੀ ਅੰਤਿਮ ਇੱਛਾ 'ਤੇ ਫੁੱਲ ਚੜਾਉਂਦੇ ਹੋਏ ਉਹਨਾਂ ਦੀ ਬਾਡੀ ਨੂੰ PGI ਨੂੰ ਦਾਨ ਕੀਤਾ। ਡਾਕਟਰ ਸਾਹਿਬ ਦਾ ਜਨਮ ਲਹਿੰਦੇ ਪੰਜਾਬ ਦੇ ਵਿੱਚ ਹੋਇਆ। ਸਰਦਾਰ ਉਹਨਾਂ ਦੇ ਪਿਤਾ ਜੀ ਸਰਦਾਰ ਸੁੰਦਰ ਸਿੰਘ ਜੀ, ਜਿਨ੍ਹਾਂ ਨੂੰ ਮਾਸਟਰ ਸੁੰਦਰ ਸਿੰਘ ਜੀ ਕਿਹਾ ਜਾਂਦਾ ਹੈ, ਜਿਹੜੇ ਇੱਕ ਅਧਿਆਪਕ ਸਨ, ਉਹਨਾਂ ਦੇ ਘਰ ਹੋਇਆ। ਉਹ ਆਪਣੇ ਪਰਿਵਾਰ 'ਚ ਆਪਣੇ ਵੱਡੇ ਭਰਾ ਸਰਦਾਰ ਮਨਮੋਹਨ ਸਿੰਘ, ਪ੍ਰੋਫੈਸਰ ਮਨਮੋਹਨ ਸਿੰਘ ਤੋਂ ਦੂਜੇ ਨੰਬਰ 'ਤੇ ਸਨ ਔਰ ਜ਼ਿੰਦਗੀ ਦੇ ਵਿੱਚ ਉਹਨੂੰ ਵਿਰਸੇ ਦੇ ਵਿੱਚ ਸਿੱਖੀ ਦੀ ਦਾਤ ਔਰ ਜੋ ਜੀਵਨ ਜਾਚ ਜਿਹੜੀ ਸੀ ਉਹ ਆਪਣੇ ਵਿਰਸੇ ਦੇ ਵਿੱਚ ਹੀ ਉਹਨਾਂ ਨੂੰ ਘਰੋਂ ਪ੍ਰਾਪਤ ਹੋਈ ਸੀ। ਉਹਨਾਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਔਰ ਵਿੱਦਿਆ ਪ੍ਰਾਪਤ ਕਰਨ ਤੋਂ ਮਗਰੋਂ ਉਹ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਦੇ ਵਿੱਚ ਕੋਰਸਪੋਂਡੈਂਸ ਡਿਪਾਰਟਮੈਂਟ ਵਿੱਚ ਲੰਮਾ ਸਮਾਂ ਉਹਨਾਂ ਨੇ ਉੱਥੇ ਅਧਿਆਪਨ ਦੇ ਤੌਰ 'ਤੇ ਕਾਰਜ ਕੀਤਾ।
ਅਤੇ 1985 ਵਿੱਚ ਐਜ਼ ਏ ਪ੍ਰੋਫੈਸਰ ਉਹਨਾਂ ਨੇ ਉੱਥੋਂ ਸੇਵਾ ਮੁਕਤੀ ਲਈ। ਉਸ ਤੋਂ ਬਾਅਦ ਉਹਨਾਂ ਨੇ ਬਹੁਤਾ ਅੰਤਮ ਸਮਾਂ ਸਾਰਾ ਅਖੀਰ ਦਮ ਤੱਕ ਚੰਡੀਗੜ੍ਹ ਦੇ ਵਿੱਚ ਹੀ ਉਹਨਾਂ ਨੇ ਬਿਤਾਇਆ। ਅੱਜ ਤੋਂ 2.5 ਸਾਲ ਪਹਿਲਾਂ ਜਿਹੜੀ ਮੇਰੀ ਅੰਤਮ ਇੰਡੀਆ ਦੀ ਫੇਰੀ ਸੀ, ਉਸ ਸਮੇਂ ਮੈਨੂੰ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੀ ਜਿਹੜੀ ਨੰਬਰ 2 ਦੀ ਡਾਕਟਰ ਸੀ, ਡਾਕਟਰ ਦਰਸ਼ਨਜੋਤ ਕੌਰ, ਉਹਨਾਂ ਦੇ ਨਿਵਾਸ 'ਤੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਕੁਛ ਸਮਾਂ ਉਹਨਾਂ ਦੇ ਨਾਲ ਬਿਤਾਇਆ, ਉਹਨਾਂ ਦੇ ਬੀਤੇ ਪਲਾਂ ਨੂੰ, ਬੀਤੀਆਂ ਯਾਦਾਂ ਨੂੰ ਯਾਦ ਕੀਤਾ। ਉਹ ਬੜੇ ਮਿਲਨਸਾਰ, ਬੜੇ ਪਿਆਰ ਵਾਲੇ ਔਰ ਹਰ ਇੱਕ ਨੂੰ ਮੋਹ ਨਾਲ ਮਿਲਦੇ ਸਨ। ਔਰ ਮੈਂ ਇਹ ਵੇਖਿਆ ਸੀ ਕਿ ਉਹਨਾਂ ਦੇ ਨੇ ਆਪਣੇ ਜੀਵਨ ਦੀਆਂ ਉਹ ਕੜੀਆਂ ਨੂੰ ਯਾਦ ਕੀਤਾ ਔਰ ਦੱਸਿਆ ਕਿ ਉਹਨਾਂ ਨੇ ਜ਼ਿੰਦਗੀ ਦੇ ਜਿਹੜੇ ਕੌੜੇ ਮਿੱਠੇ ਜਿਹੜਾ ਸਫ਼ਰ ਹੈ ਉਹਦੇ ਕੁਛ ਪਲ ਸਾਂਝੇ ਕੀਤੇ। ਮਗਰ ਉਸ ਵਕਤ ਮੈਂ ਕੁਛ ਉਹਨਾਂ ਦੀਆਂ ਮੂਰਤਾਂ ਵੀ ਖਿੱਚਣ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜੀਆਂ ਇਸ ਸਮੇਂ ਮੇਰੀ ਜਿਹੜੀ ਫੋਟੋ ਜਿਹੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਵਿੱਚੋਂ, ਕਿਉਂਕਿ ਮੈਂ ਆਪ ਕਾਫੀ ਸਮੇਂ ਤੋਂ ਡਾਇਲਿਸਿਸ 'ਤੇ ਚੱਲ ਰਿਹਾ, ਮੈਂ ਉਹ ਕੱਢਣ 'ਚ ਸਮਰੱਥ ਰਿਹਾ। ਮੈਂ ਇਹ ਵੇਖਿਆ ਸੀ ਕਿ ਵੀ ਪ੍ਰੋਫੈਸਰ ਸਾਹਿਬ ਨੇ ਭਾਈ ਵੀਰ ਸਿੰਘ ਦੇ ਉੱਤੇ ਖੋਜਕਾਰ ਕੀਤਾ ਸੀ, ਉਹਨਾਂ ਨੇ ਉਹਦੇ 'ਤੇ ਡਾਕਟਰੇਟ ਕੀਤੀ ਸੀ। ਆਪ ਵਾਰਤਕ ਦੇ ਵਿੱਚ ਅਤੇ ਪੋਇਟਰੀ ਦੋਵਾਂ ਦੇ 'ਚ ਵੀ ਉਹਨਾਂ ਦੀ ਬੜੀ ਪਕੜ ਸੀ ਔਰ ਸਾਡੇ ਇੱਕ ਚੰਗੇ ਸਿੱਖ ਵਿਦਵਾਨ ਸਨ, ਮਗਰ ਉਹਨਾਂ ਦਾ ਛਿਪੇ ਰਹਿਣ ਦੀ ਚਾਹ ਸੀ, ਉਹ ਬਹੁਤੇ ਉਹਨਾਂ ਨੂੰ ਪ੍ਰਗਟ ਹੋਣ ਦਾ ਕਿਸ ਦਾ ਸ਼ੌਕ ਨਹੀਂ ਸੀ। ਔਰ ਇੱਥੇ ਹੀ ਬਸ ਨਹੀਂ ਕਿ ਹਰ ਇੱਕ ਜਿਹੜੀ ਮਾਤਾ ਪਿਤਾ ਹੁੰਦੀ ਹੈ ਉਹਦਾ ਅਸਲ ਗਹਿਣਾ ਉਹਦੀ ਔਲਾਦ ਹੁੰਦੀ ਹੈ। ਉਹਨਾਂ ਦੇ ਜਿਹੜੇ ਬੱਚੇ ਸਨ ਬੜੇ ਹੋਨਹਾਰ ਸਨ, ਔਰ ਚਾਰ ਦੇ ਚਾਰ ਜਿਹੜੇ ਬੱਚੇ ਉਹ ਆਪਣੇ ਆਪਣੇ ਖੇਤਰ ਦੇ ਵਿੱਚ ਨਾਮਵਰ ਔਰ ਪਰਪੱਕ ਸਨ, ਔਰ ਜਿਹਨਾਂ ਦਾ ਉਹ ਸਾਡਾ ਪੰਜਾਬ ਦੇ ਸਾਡੀ ਲੋਕਾਈ ਉਹਨਾਂ 'ਤੇ ਪ੍ਰਾਊਡ ਕਰਦੀ ਹੈ। ਉਹਨਾਂ ਦੀ ਵੱਡੀ ਲੜਕੀ ਡਾਕਟਰ ਪ੍ਰਿੰਸੀਪਲ ਪ੍ਰਭਜੋਤ ਕੌਰ ਉਹ ਗੌਰਮੈਂਟ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਸਨ, ਔਰ ਇੱਥੇ ਗੁਰਮਤਿ ਕਾਲਜ ਦੇ ਵੀ ਉਹ ਪ੍ਰਿੰਸੀਪਲ ਰਹਿ ਚੁੱਕੇ ਸਨ। ਉਹਨਾਂ ਨੇ ਕਾਫੀ ਕਿਤਾਬਾਂ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਲਿਖਿਆ ਔਰ ਨਾਮਣਾ ਖੱਟਿਆ ਹੈ। ਔਰ ਉਹਨਾਂ ਦੀ ਦੂਜੀ ਲੜਕੀ ਡਾਕਟਰ ਦਰਸ਼ਨਜੋਤ ਕੌਰ ਉਹ ਭਾਵੇਂ ਕਿਤੇ ਦੀ ਮੈਡੀਕਲ ਡਾਕਟਰ ਹੈ, ਮਗਰ ਤਾਂ ਵੀ ਉਹਨਾਂ ਨੇ ਸਿਹਤ ਵਿਗਿਆਨ 'ਤੇ ਵੀ ਕੁਛ ਪੁਸਤਕਾਂ ਲਿਖੀਆਂ ਨੇ ਜਿਹਨੂੰ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ। ਔਰ ਤੀਜੀ ਜਿਹੜੀ ਲੜਕੀ ਲੁਧਿਆਣੇ ਦੇ ਵਿੱਚ ਉਹ ਗੌਰਮੈਂਟ ਕਾਲਜ ਲੁਧਿਆਣੇ ਤੋਂ ਪੰਜਾਬੀ ਡਿਪਾਰਟਮੈਂਟ ਦੇ ਰਿਟਾਇਰਡ ਇੱਕ ਅਧਿਆਪਕਾ ਨੇ, ਉਹਨਾਂ ਵੀ ਡਾਕਟਰੇਟ ਕੀਤੀ ਹੈ, ਔਰ ਜਿਹਨਾਂ ਦਾ ਨਾਂ ਡਾਕਟਰ ਸਰਬਜੋਤ ਕੌਰ ਹੈ, ਉਹਨਾਂ ਨੇ ਪਿੱਛੇ ਇੱਕ ਆਪਣੀ ਮਾਤਾ ਦੇ ਉੱਤੇ ਜਿਹੜੀ ਕਿਤਾਬ ਮਾਤਾ ਦੀ ਜੀਵਨ ਗਾਥਾ 'ਤੇ ਬਹੁਤ ਖੂਬਸੂਰਤ ਕਿਤਾਬ ਲਿਖ ਕੇ ਆਪਣੀ ਮਾਂ ਨੂੰ ਅਕੀਦਤ ਪੇਂਟ ਕੀਤੀ ਹੈ। ਔਰ ਉਹਨਾਂ ਦਾ ਲੜਕਾ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਨਾਂ ਦੇ ਕੋਲ ਉਹ ਰਹਿੰਦੇ ਸਨ, ਜਿਹਨਾਂ ਦਾ ਨਾਮ ਗੁਰਕੀਰਤਨ ਸਿੰਘ, ਇਹ ਉਹਨਾਂ ਦਾ ਲੜਕਾ ਸੀ ਜਿਹੜੇ ਰਿਟਾਇਰਡ ਸਟੇਟ ਬੈਂਕ ਆਫ ਇੰਡੀਆ ਤੋਂ ਰਿਟਾਇਰਡ। ਔਰ ਖੁਸ਼ੀ ਦੀ ਗੱਲ ਇੱਕ ਮਾਣ ਦੀ ਗੱਲ ਹੈ ਕਿ ਹਰ ਮਾਂ ਬਾਪ ਨੂੰ ਆਪਣੀ ਔਲਾਦ 'ਤੇ ਮਾਣ ਹੁੰਦਾ, ਔਰ ਮੈਨੂੰ ਇਹ ਆਸ ਹੈ ਕਿ ਉਹਨਾਂ ਦੇ ਇਹ ਹੋਣਹਾਰ ਜਿਹੜੇ ਇਹ ਬੱਚੇ ਨੇ ਇਹ ਆਪਣੀ ਮਾਤਾ ਡਾਕਟਰ ਕੁਲਦੀਪ ਕੌਰ ਦੇ ਰਹਿ ਗਏ ਸੁਪਨਿਆਂ ਨੂੰ, ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਯਤਨ ਕਰਨਗੇ। ਔਰ ਮੈਂ ਅੱਜ ਉਹਨਾਂ ਦੇ ਅੰਤਮ ਵਿਛੋੜੇ 'ਤੇ ਮੈਂ ਆਪਣੇ ਪਰਿਵਾਰ ਵੱਲੋਂ, ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਔਰ ਚੜ੍ਹਦੀ ਕਲਾ ਟਾਈਮ TV ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦਾ ਹਾਂ। ਔਰ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਡਾਕਟਰ ਕੁਲਦੀਪ ਕੌਰ ਨੂੰ ਸੱਚਖੰਡ 'ਚ ਨਿਵਾਸ ਪ੍ਰਦਾਨ ਕਰੇ, ਉਹਨਾਂ ਦੀ ਰੂਹ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ। ਔਰ ਇਸ ਦੇ ਨਾਲ ਹੀ ਇਸ ਸਮੂਹ ਪੰਜਾਬੀ ਜਗਤ ਨੂੰ, ਸਿੱਖ ਜਗਤ ਨੂੰ ਉਹ ਬੇਨਤੀ ਕਰਨੀ ਚਾਹਾਂਗਾ ਕਿ ਉਹਨਾਂ ਦੇ ਨਿਯਮਿਤ ਜਿਹੜਾ 8 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ
ਗੁਰਦੁਆਰਾ ਹਰ ਚਰਨ ਕਵਲ ਸਾਹਿਬ ਫੇਸ 10 ਦੇ ਵਿੱਚ ਦੁਪਹਿਰੇ 1 ਵਜੇ ਤੋਂ 2:30 ਵਜੇ ਤੱਕ ਉਹਨਾਂ ਦੀ ਅੰਤਮ ਅਰਦਾਸ ਅਤੇ ਭੋਗ ਦਾ ਕਾਰਜ ਹੋਣਾ ਹੈ। ਆਓ ਅਸੀਂ ਸਾਰੇ ਉਹਦੇ 'ਚ ਸ਼ਾਮਿਲ ਹੋਈਏ ਅਤੇ ਉਹਨਾਂ ਨੂੰ ਸੰਗਤੀ ਰੂਪ ਦੇ ਵਿੱਚ ਅਸੀਸਾਂ ਪ੍ਰਦਾਨ ਕਰੀਏ ਔਰ ਵਿਛੜੀ ਆਤਮਾ ਦੀ ਇਹ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਬਲ ਪ੍ਰਦਾਨ ਕਰੀਏ। ਮੈਂ ਇਹਨਾਂ ਸ਼ਬਦਾਂ ਦੇ ਨਾਲ ਸਮੁੱਚਾ ਪਰਿਵਾਰ, ਉਹਨਾਂ ਦੀ ਜਿਹੜੀ ਧੀ, ਵੱਡੀ ਧੀ ਪ੍ਰਿੰਸੀਪਲ ਪ੍ਰਭਜੋਤ ਕੌਰ, ਉਹਨਾਂ ਦੀ ਛੋਟੀ ਲੜਕੀ ਡਾਕਟਰ ਦਰਸ਼ਨਜੋਤ ਕੌਰ ਔਰ ਤੀਸਰੀ ਲੜਕੀ ਬੀਬੀ ਡਾਕਟਰ ਸਰਬਜੋਤ ਕੌਰ ਅਤੇ ਉਹਨਾਂ ਦੇ ਸਪੁੱਤਰ ਅਤੇ ਉਹਨਾਂ ਦੇ ਸਮੂਹ ਪਰਿਵਾਰ, ਉਹਨਾਂ ਸਾਰਿਆਂ ਦੇ ਉਹਨਾਂ ਮਾਤਾ ਜੀ ਦੇ ਵਿਛੋੜੇ 'ਤੇ ਆਪਣੇ ਦੁੱਖ ਦਾ ਇਜ਼ਹਾਰ ਸਾਂਝਾ ਕਰਦਾ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਸਰੀ ਤੋਂ ਹਰਦਮ ਸਿੰਘ ਮਾਨ ਦੀ ਰਿਪੋਰਟ।